ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਮਰੱਕੋਜ ਉਪਚਾਲ ਨੇ ਲੋਕਾਂ ਤੋਂ ਖੋਏ ਆਪਣੇ ਸੈਮੇ ਲੋਕ ਵੇਖੋ ਤੋਂ ਬਾਅਦ ਦਾ ਮੰਜ਼ਰ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਾਂ ਤੇ ਵੀਡੀਓ ਨੂੰ ਆਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂਜੀ ਉੱਤਰੀ ਅਫਰੀਕੀ ਦੇਸ਼ ਮਰੱਕੋਜ ਉਪਚਾਲ ਨੇ ਜ਼ਬਰਦਸਤ ਤਬਾਹੀ ਮਚਾ ਦਿੱਤੀ ਹੈ ਦੱਸ ਦੇਗੀ ਉਪਚਾਲ ਦੇ ਝਟਕੇ ਇੰਨੇ ਜ਼ਬਰਦਸਤ ਹਨ ਕਿ ਇਮਾਰਤਾ ਜ਼ਮੀਨ ਜਿਤਸ ਗਈਆਂ ਸੰਯੁਕਤ ਰਾਸ਼ ਭੂ ਵਿਗਿਆਨ ਸਰਵੇਖਣ ਦੇ ਅਨੁਸਾਰ ਪਿਛਲੇ 120 ਸਾਲਾਂ ਦੇ ਵਿੱਚ ਉੱਤਰੀ ਅਫਰੀਕਾ ਦੇ ਵਿੱਚ ਆਉਣ ਵਾਲਾ ਇਹ ਸਭ ਤੋਂ ਸਤਕਤੀਸ਼ਾਲੀ ਭੁਚਾਲ ਮੰਨਿਆ ਗਿਆ ਹੈ ਰੈਕਟਰ ਸਕੇਲ ਤੇ ਇਸ ਭੁਚਾਲ ਦੀ ਤੀਬਰਤਾ 6.8 ਮਾਪੀ ਗਈ ਹੈ ਭੁਚਾਲ ਦੇ ਕਾਰਨ ਹੋਈ ਤੋਂ ਬਾਅਦ ਦੀਆਂ ਕਈ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਲ ਹੋ ਰਹੀਆਂ ਨੇ ਮੁਰੱਕੋ ਦੇ ਮਰਾਕੇਸ਼ ਸ਼ਹਿਰ ਚ ਹੋਈਤ ਬਾਈ ਨੇ ਸਥਾਨਕ ਲੋਕਾਂ ਦੇ ਮਨਾਂ ਦੇ ਵਿੱਚ دہشت ਪੈਦਾ ਕਰ ਦਿੱਤੀ ਹੈ ਨਿਊਜ਼ੀਜੈਂਸੀ ਐਫਪੀ ਮੁਤਾਬਕ ਪੁਚਾਲ ਕਰਨ ਹੁਣ ਤੱਕ ਕੁੱਲ 820 ਲੋਕਾਂ ਦੀ ਮੌਤ ਹੋ ਗਈ ਹੈ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ